ਸਤਿ ਸ਼੍ਰੀ ਅਕਾਲ ਐਵਰੀਬਾਡੀ ਨੂੰ ਮੈਂ ਨੂਰ ਸਿੰਘ ਆ ਮੇਰੇ ਕੋਲ ਨੂਰ ਚੈਨਲ ਹੈਗਾ ਜੇ ਮੈਂ ਉਹ ਸਟੋਰੀ ਦੱਸਦਾ ਹੁੰਦਾ ਮੈਂ ਅੱਜ ਸਟੋਰੀ ਦੱਸੂਗਾ ਜਾਂ ਰੈਬਿਟ ਇੱਕ ਟਰਟਲ ਆ ਰੈਬਿਟ ਬਾਬਰ ਬੜਾ ਫਾਸਟ ਹੈਗਾ ਅਤੇ ਉਹ ਐਵਰੀ ਸਿੰਗਲ ਰੇਸ ਰਿਨ ਕਰਦਾ ਅਤੇ ਉਹ ਬੀਟ ਨਹੀਂ ਕਰ ਸਕਦਾ ਅਤੇ ਉਹਨੂੰ ਟਰਟਲ ਕਹਿੰਦਾ ਚੱਲ ਆਪਾਂ ਰੇਸ ਲਈਏ ਹੈ ਨਾ ਰੇਸ ਲਈਏ ਭੁੱਲ ਕੇ ਮਰਦਾ ਉਹ ਨਹੀਂ ਰੇਸ ਲਈਏ ਉਹ ਰੈਬਿਟ ਹੱਸਣ ਲੱਗ ਗਿਆ ਉਹ ਕਹਿੰਦਾ ਤੂੰ ਤਾਂ ਲੂਜ਼ ਹੋ ਜਾਣਾ ਉਹ ਸਾਰੇ ਐਨੀਮਲ ਗੈਦਰ ਅਪ ਹੋ ਗਏ ਉਹ ਐਂ ਚੀਰ ਕਰੀ ਜਾਂਦੇ ਸੀ ਕੌਣ ਵਿਨ ਕਰੂਗਾ ਉਹ ਰੇਸ ਸਟਾਰਟ ਹੋ ਗਈ ਰੇਸ 'ਚ ਉਹ ਫਸਟ ਪਲੇਸ 'ਚ ਆ ਗਿਆ ਰੈਬਿਟ ਉਹ ਟਰਟਲ ਲਾਸਟ ਪਲੇਸ ਹੈਗਾ ਸੀ ਜਿਹਾ ਰੈਬਿਟ ਹੈਗਾ ਸੀ ਉਹਨੂੰ ਰੈਬਿਟ ਗਰਲ ਦੇਖਿਆ ਸੀ ਉਹ ਕਹਿੰਦਾ ਮੈਂ ਪ੍ਰੈਸਟ ਕਰਨਾ ਸੀ ਉੱਥੇ ਥੋੜ੍ਹੀ ਦੇਰ ਗਿਆ ਹੈ ਨਾ ਉਹ ਦੇਖਿਆ ਜਿਹਾ ਟਰਟਲ ਹੈਗਾ ਉਹ ਫਰੰਟ ਪਲੇਸ 'ਚ ਹੋ ਗਿਆ ਫੇਰ ਭੱਜ ਗਿਆ ਉਹ ਪਿੱਛੇ ਦੇਖਿਆ ਉਹ ਕੋਈ ਨਹੀਂ ਹੈਗਾ ਸੀ ਉਹ ਟਰਟਲ ਨਹੀਂ ਹੈਗਾ ਸੀ ਫਿਰ ਉਹ ਕੋਈ ਟ੍ਰੀ ਨੱਪ ਗਿਆ ਉਹਨੂੰ ਇੱਕ ਕੈਰਟ ਉਹ ਥੱਲੇ ਚੱਕ ਲਈ ਕੈਰਟ ਇੱਕ ਥੱਲੇ ਪੈ ਗਿਆ ਉਹ ਕੋਈ ਟ੍ਰੀ 'ਤੇ ਸੌਂ ਗਿਆ ਖਾ ਕੇ ਉਹ ਭੱਜੀ ਗਿਆ ਉਹ ਫਿਰ ਹੌਲੀ ਹੌਲੀ ਭੱਜ ਗਿਆ ਉਹਨੂੰ ਉੱਠਣਾ ਹੀ ਨਹੀਂ ਫਿਰ ਪਿੱਛੇ ਦੇਖਿਆ ਉਹ ਸੁੱਤਾ ਪੈਸੇ ਫਿਰ ਭੱਜ ਗਿਆ ਹੋਰ ਜਿਹਾ ਟਰਟਲ ਹੈਗਾ ਸੀ ਉਹ ਬਾਹਰ ਕਲੋਜ਼ ਹੈਗਾ ਸੀ ਉਹ ਰੈਬਿਟ ਰੈਬਿਟ ਨਾ ਦੇਖਿਆ ਉਹਨੂੰ ਉਹ ਕਹਿੰਦਾ ਉਹ ਫਸਟ ਪਲੇਸ 'ਚ ਹੈਗਾ ਫਿਰ ਉਹ ਭੱਜੀ ਜਾਂਦਾ ਟੂ ਲੇਟ ਹੋ ਗਿਆ ਉਹ ਵਿਨ ਹੋ ਗਿਆ ਲੈਸਨ ਹੈਗੇ ਸਲੋਨ ਸਟੈਡੀ ਵਿਨਸ ਥੈਂਕ ਯੂ ਬਾਏ